ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਕੁੜੀ ਦੀ ਗੱਲ ਸੁਣਾਉਂਦੇ ਹਾਂ, ਜਦੋਂ ਉਹ ਕਿਸੇ ਬਾਹਰਲੇ ਮੁੰਡੇ ਨੂੰ ਉਹਦੇ ਕੰਮ ਬਾਰੇ ਜਾਂ ਉਹਦੇ ਲਾਈਫ ਸਟਾਈਲ, ਉਹਦੇ ਕੱਪੜਿਆਂ ਬਾਰੇ ਉਹਨੂੰ ਕਮੈਂਟ ਕਰਦੇ ਆ ਵੀ ਤੁਸੀਂ 7 ਦਿਨ ਇੱਕੋ ਜਿਹੇ ਕੱਪੜੇ ਪਾ ਕੇ ਰੱਖਦੇ ਹੋ, ਤਾਂ ਅੱਗੋਂ ਮੁੰਡੇ ਦਾ ਕੀ ਜਵਾਬ ਹੁੰਦਾ, ਉਹ ਗੱਲਾਂ ਕੁਛ ਕੁ ਮੈਂ ਲਿਖੀਆਂ ਤੁਹਾਡੇ ਸਾਹਮਣੇ ਸ਼ੇਅਰ ਕਰੂੰਗਾ। ਅਤੇ ਪਹਿਲੇ ਕੁੜੀ ਕੀ ਕਹਿੰਦੀ ਆ ਉਸਨੂੰ, ਉਹ ਕਹਿੰਦੀ 7 ਦਿਨ ਇੱਕੋ ਜਿਹੇ ਕੱਪੜੇ ਤੂੰ ਪਾਉਣਾ, ਸੱਚੀ ਚੱਜ ਨਹੀਂ ਉਹ ਤੈਨੂੰ ਰਹਿਣ ਸਹਿਣ ਦਾ, ਹੱਸ ਕੇ ਤੂੰ ਹਰੇਕ ਗੱਲ ਟਾਲ ਦੇਣਾ, ਕੋਈ ਫਾਇਦਾ ਨਹੀਂ ਉਹ ਤੈਨੂੰ ਕੁਛ ਕਹਿਣ ਦਾ, ਨਾ ਤੇਰੇ ਕੋਲ ਪੈਸਾ ਨਾ ਹੀ ਤੇਰੇ ਕੋਲ ਵੱਡੀ ਕਾਰ ਹੈ, ਜਿਹੜੀ ਵੀ ਫੋਟੋ ਅਪਲੋਡ ਕਰਦਾ ਵਿੱਚ 10-12 ਹੁੰਦੇ ਹੀ ਯਾਰ ਹੈ, ਕਦੇ ਟੋਰ ਵੀ ਕੱਢ ਲਿਆ ਕਰ, ਜੇ ਤੈਨੂੰ ਨਹੀਂ ਪਤਾ ਤਾਂ ਗੂਗਲ ਤੋਂ ਹੀ ਪੜ੍ਹ ਲਿਆ ਕਰ, ਵਟਸਐਪ 'ਤੇ ਸਟੇਟਸ ਵੀ ਸੇਮ ਹੀ ਰੱਖਦਾ, DP ਵੀ ਨਹੀਂ ਚੇਂਜ ਕਰਦਾ, ਫੇਸਬੁੱਕ ਥੋੜ੍ਹੀ ਬਹੁਤ ਚਲਾ ਲੈਂਦਾ, ਫੋਟੋਆਂ ਸਨੈਪਚੈਟ ਤਾਂ ਨਹੀਂ ਕਰਦਾ। ਉਹ ਹੱਸ ਕੇ ਕਹਿੰਦੀ, ਸਨੈਪਚੈਟ ਛੱਡ, ਤੈਨੂੰ ਤਾਂ ਹੁਣ ਪਤਾ ਲੱਗਾ ਫੇਸਬੁੱਕ ਦਾ, ਤੂੰ ਇੱਦਾਂ ਹੀ ਰਹਿ, ਤੈਨੂੰ ਕੀ ਪਤਾ ਸੋਹਣੀ ਲੁੱਕ ਦਾ। ਕਹਿੰਦੀ ਗੱਲਾਂ ਹੋਰ ਵੀ ਬਹੁਤ ਨੇ, ਛੱਡ ਦਿਲ ਨੂੰ ਲਾ ਲੇਗਾ, ਜੇ ਮੈਂ ਕੁਛ ਕਹਿਤਾ ਗੀਤਾਂ ਰਾਹੀਂ ਲੋਕਾਂ ਨੂੰ ਸੁਣਾ ਲੇਗਾ। ਮੈਂ ਕਿਹਾ ਗੱਲ ਤਾਂ ਸੱਚੀ ਆ, ਅੱਗੋਂ ਮੇਰਾ ਕੀ ਜਵਾਬ ਸੀ, ਮੈਂ ਕਿਹਾ ਤੜਕੇ ਉੱਠਦੇ ਹਾਂ 7 ਵਜੇ 8 ਵਜੇ, ਜੋਬ ਨੂੰ ਅਸੀਂ ਜੁੱਤੀ ਥੱਲੇ ਰੱਖਦੇ ਹਾਂ, ਤੇਰੇ ਇਸ ਰੋਬ ਨੂੰ ਜੇ ਤੁਸੀਂ ਉਂਝ ਕੁਛ ਕਹਿੰਦੇ ਗੱਲ ਸਿਰ ਮੱਥੇ ਰੱਖਦੇ, ਤੁਹਾਡੇ ਨਾਮ ਵਾਲੀ ਮਾਲਾ ਰਹਿੰਦੇ ਦਿਨ ਰਾਤ ਜਪਦੇ, ਤੁਹਾਡੇ ਨਾਮ ਵਾਲੀ ਮਾਲਾ ਰਹਿੰਦੇ ਦਿਨ ਰਾਤ ਜਪਦੇ, ਇੰਨੇ ਜੋਗੀ ਹੈ ਨਹੀਂ ਜਿੰਨੀ ਆਕੜ ਤੂੰ ਕਰ ਗਈ, ਚੱਲ ਤੂੰ ਹੀ ਦੱਸ ਦੇ 18 ਸਾਲ ਦੀ ਉਮਰੇ ਕਿਹੜੀਆਂ ਕਿਤਾਬਾਂ ਤੂੰ ਪੜ੍ਹ ਗਈ, ਤੂੰ ਗੱਲ ਕੰਮ ਦੀ ਕੀਤੀ ਆ ਜਿਹੜੀ ਦਿਲ ਉੱਤੇ ਲੱਗ ਗਈ, ਮਿਹਨਤ ਦਿਖਾਉਂਦੇ ਵੀ ਬਾ, ਅਸੀਂ ਕੋਈ ਠੱਗ ਨਹੀਂ, ਤੁਹਾਡਾ ਤਾਂ ਪਤਾ ਨਹੀਂ ਸਾਡੀ ਜੋਬ 7 ਦਿਨ ਹੁੰਦੇ ਆ, ਇੱਥੋਂ ਪਿੱਛਾ ਨਹੀਂ ਛੁਡਾਉਣਾ, ਇਹ ਤਾਂ ਵਿਆਹ ਵਾਲੀ ਮੁੰਦੀ ਹੈ, ਤੂੰ ਗੱਲ ਕਾਰ ਦੀ ਕਰਦੀ ਹੈ ਮੇਰੇ ਕੋਲ ਹੀਰਿਆਂ ਵਰਗੇ ਯਾਰ ਹੈ, ਤੂੰ ਗੱਲ ਕਾਰ ਦੀ ਕਰਦੀ ਹੈ ਮੇਰੇ ਕੋਲ ਹੀਰਿਆਂ ਵਰਗੇ ਯਾਰ ਹੈ, ਫੋਟੋਆਂ ਤਾਂ ਇੱਦਾਂ ਹੀ ਅਪਲੋਡ ਕਰੂੰ ਕਿਉਂਕਿ ਇਹਨਾਂ ਨਾਲੇ ਪਿਆਰ ਹੈ, ਗੱਲ ਤੂੰ ਟੋਰ ਦੀ ਵੀ ਕੀਤੀ ਸੀ ਕਿ ਮੈਨੂੰ ਕੱਪੜਾ ਪਾਉਣਾ ਨਹੀਂ ਹੁੰਦਾ, ਟੋਰ ਤਾਂ ਤੇਥੋਂ ਵੱਧ ਕੱਢ ਲਈਏ ਪਰ ਸਾਨੂੰ ਸ਼ੋ ਆਫ ਕਰਕੇ ਦਿਖਾਉਣਾ ਨਹੀਂ ਹੁੰਦਾ, ਸਾਲ 'ਚ 2-4 ਫੰਕਸ਼ਨ ਅਟੈਂਡ ਕਰਦੇ ਹਾਂ ਅਤੇ ਅੱਗ ਫੇਸਬੁੱਕ 'ਤੇ ਲੱਗ ਜਾਂਦੀ ਹੈ, ਤੂੰ ਗੱਲ ਸਨੈਪਚੈਟ ਦੀ ਕੀਤੀ ਬੀਬਾ, ਲਾਈਕ ਕਮੈਂਟ ਵਾਲੀ ਚੜੀ ਤਾਂ ਉੱਥੇ ਵੀ ਲੱਗ ਜਾਂਦੀ ਹੈ, ਬਾਕੀ ਰੱਬ ਤੈਨੂੰ ਵੀ ਚੜ੍ਹਦੀ ਕਲਾ 'ਚ ਰੱਖੇ, ਹਰ ਇੱਕ ਖੁਸ਼ੀ ਤੂੰ ਪਾਵੇਂਗੀ, ਅੱਜ ਮੈਨੂੰ ਦੇਖ ਕੇ ਤੂੰ ਸੜਦੀ ਫਿਰੇ, ਇੱਕ ਦਿਨ ਵੇਖੀ ਗੀਤ ਦੀਪ ਦੇ ਤੂੰ ਗਾਵੇਂਗੀ, ਇੱਕ ਦਿਨ ਵੇਖੀ ਗੀਤ ਦੀਪ ਦੇ ਤੂੰ ਗਾਵੇਂਗੀ। ਜੇ ਵੀਡੀਓ ਵਧੀਆ ਲੱਗੀ ਹੈ ਤਾਂ ਸ਼ੇਅਰ ਜ਼ਰੂਰ ਕਰੋ, ਥੈਂਕ ਯੂ।